ਐਵੇਂ ਨਹੀਂ ਲੱਗਦਾ ਪ੍ਰੋਬਲਮ ਹੋ ਜਾਈ ਤੇ ਮੁਸੀਬਤ ਇਹਨਾਂ ਨੂੰ। ਜਬ ਹੋ ਜਾਏਗਾ ਕੋਈ ਜਬ ਦੋ ਚਾਰ ਜਗ੍ਹਾ ਬੱਕਰੀ ਕੇ ਬੱਕਰੀ ਹੈ, ਕੋਈ ਦੋ ਬੱਕਰੀ ਹੋਈ ਇਸਕੇ ਸਾਥ ਲਗਾ ਦੀਆ ਵੋ ਅੱਛਾ, ਇਸੀ ਇਸੀ ਕਮਜ਼ੋਰੀ ਸੇ ਹਮ ਲੋਗ ਰਹਿ ਗਏ ਹੈਂ। ਤੋ ਇਸ ਦੌਰ ਮੇਂ ਆਪ ਲੋਗੋਂ ਕੋ ਕੌਨ ਕੌਨ ਸੀ ਮੁਸ਼ਕਿਲਾਂ ਉਠਾਨੀ ਪਈ? ਹਾਂ ਮੁਸ਼ਕਿਲਾਂ ਹਮ ਸਭ ਮੁਸ਼ਕਿਲਾਂ ਤੋ ਯਾਰ ਸਭ ਮੁਸ਼ਕਿਲਾਂ ਤੇ ਮਾਰੇ। ਇਸ ਵਕਤ ਮੈਨੇ ਯੇ ਡੇਰਾ ਲਾਇਆ, ਮੈਨੇ ਮੇਰੇ ਕੋ ਇਤਨੀ ਸਾਰੀ ਤਾਕਤ ਨਹੀਂ ਹੈ, ਮੇਰਾ ਟੈਂਟ ਕੇ ਵਾਸਤੇ ਪੈਸੇ ਨਹੀਂ, ਕਹਾਂ ਸੇ ਲਿਆਉਂਗਾ ਮੈਂ ਟੈਂਟ? ਮੁਸ਼ਕਿਲਾਂ ਦੀ ਮੁਸ਼ਕਿਲਾਂ, ਮਜ਼ਦੂਰੀ ਕਰਦੇ ਹਾਂ, ਮਾਲ ਵੇਚੀ ਵੀ ਕੰਮ ਹੈ, ਮਾਲ ਮਵੇਸ਼ੀ ਕਿਤਨੇ? ਪੰਜ ਛੇ ਬੱਕਰੀ ਹੈ ਬਸ, ਗਾਏ ਸ਼ਾਏ ਹੈ? ਗਾਏ ਵੀ ਕੋਈ ਨਹੀਂ, ਭੈਂਸ ਨਹੀਂ? ਨਹੀਂ 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 ਬਿਲਕੁਲ ਕੋਈ ਨਹੀਂ। ਜਬ ਉੱਪਰ ਡੋਕੂ ਮੇ ਜਾਤੇ ਹੋ ਤੋ ਵਹਾਂ ਫਿਰ ਪਾਣੀ ਹੋ ਜਾਂ ਬਾਕੀ ਬਿਜਲੀ ਬਿਜਲੀ ਤੋ ਨਹੀਂ ਹੋ? ਨਹੀਂ ਨਹੀਂ ਵਾਹ ਕਹਾਂ ਬਿਜਲੀ ਪੈਗੀ, ਪਾਣੀ ਸ਼ਾਣੀ ਤੇ ਬਹੁਤ ਮਿਲਦਾ ਪਾਣੀ ਤੇ ਬਹੁਤ। ਹਾਲਨ ਕਾ ਇਲਾਕਾ ਹੈ ਵੇਰੀਨਾਗ ਸੀ, ਉੱਪਰ ਜੋ ਹੈ ਯਹਾਂ ਪੇ ਜੋ ਹੈ ਨੀਚੇ ਜੋ ਹੈ ਗੁਜਰ ਬਸਤੀ ਹੈ, ਉਸਕੇ ਬਾਅਦ ਯਹਾਂ ਸੇ ਯੇ ਮੂਹ ਕਰਤੇ ਆਗੇ ਮਾਈਗ੍ਰੇਟ ਕਰਤੇ ਹੈ, ਔਰ ਕਿਸ ਤਰ੍ਹਾਂ ਸੇ ਆਪਣੀ ਜ਼ਿੰਦਗੀ ਯੇ ਗੁਜ਼ਾਰਤੇ ਹੈ, ਜਹਾਂ ਪੇ ਦਿਨ ਹੋਤਾ ਹੈ ਵਹਾਂ ਪੇ ਜੋ ਹੈ ਚੂਲਾ ਜਲਾਤੇ ਹੈ, ਚਾਹ ਖਾਨਾ ਵੋ ਬਣਾਤੇ ਹੈ। ਔਰ ਬਿਲਕੁਲ ਇਹ ਤਸਵੀਰ ਵੀ ਆਪ ਦੇਖ ਸਕਤੇ ਹੋ ਕਿ ਕਿਸ ਤਰ੍ਹਾਂ ਸੇ ਇਨਕੋ ਇਸ ਦੌਰ ਮੇਂ ਵੀ ਮੁਸ਼ਕਿਲਾਤੋਂ ਕਾ ਸਾਹਮਣਾ ਕਰਨਾ ਪੜ। ਅਗਰ ਡਰਾਪ ਆਊਟ ਰੈਸ਼ੋ ਕੀ ਹਮ ਬਾਤ ਕਰੇ ਪ੍ਰਾਇਮਰੀ ਯਾ ਹਾਇਰ ਸੈਕੰਡਰੀ ਲੈਵਲ ਪੇ ਤੋ ਬੱਕਰਵਾਲ ਕਮਿਊਨਿਟੀ ਮੇਂ ਬਹੁਤ ਜ਼ਿਆਦਾ ਦੇਖਨੇ ਕੋ ਮਿਲਤਾ ਹੈ, ਕਿਉਂਕਿ ਉਸਕੇ ਪੀਛੇ ਕਾਰਨ ਕਿਆ ਹੈ, ਕਿਉਂਕਿ ਜਬ ਯੇ ਮਾਈਗ੍ਰੇਟ ਕਰਤੇ ਹੈ ਤੋ ਇਨਕੇ ਜੋ ਬੱਚੇ ਹੈ ਵੋ ਇਨਕੇ ਸਾਥ ਹੀ ਮੂਹ ਹੋਤੇ ਹੈ। ਉਸਕੇ ਕਰਮ ਚਰਸ ਕਰ ਦੋ, ਕਿਤਨਾ ਬੜਾ ਹੈ ਯੇ ਦੇਖਨਾ, ਵੋ 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 ਸਫੇਦ ਕਬੜਾ ਹੈ, ਸਕੂਲ ਕਿਉਂ ਨਹੀਂ ਜਾਤਾ? ਬੱਚਾ ਇਧਰ ਦੇਖੋ ਛੋਟੀ, ਕਿਤਨੀ ਉਮਰ ਹੈ ਆਪਕੀ? ਗੋਜਰੀ ਮੈਂ ਹੀ ਗੱਲ ਕਰੋ ਨਾ, ਭਾਈ ਬੱਚੇ ਬੱਚੇ ਜਾਤੇ ਹੈ ਸਕੂਲ? ਹਾਂ ਜਾਤੇ ਹੈ ਕਹਾਂ? ਹਾਂ ਜੇਲ ਨਾ ਗਿਆ ਮੈਂ ਨਾ। ਅੱਛਾ ਆਪਕਾ ਨਾਮ ਕੀ ਹੈ? ਖੁਦਾ ਨਾ ਕਰੇ ਬਿਮਾਰ ਹੋ ਜਾ।